ਜ਼ਿਲ੍ਹਾ ਲੁਧਿਆਣਾ ਪਿੰਡ ਘੁਲਾਲਾ ਨੇੜੇ ਸਾਨੇਵਾਲ ਪਿੰਡ ਦੀਆਂ ਬਰੀਕ ਤੇ ਸਕਰੀਆਂ ਗਲੀਆਂ ਪਾਰ ਕਰਕੇ ਇੱਕ ਆਖਰੀ ਕਾਲੇ ਰੰਗ ਦਾ ਲੋਹੇ ਦਾ ਗੇਟ ਖੜਕਾਇਆ ਜਾਂਦਾ ਹੈ। ਇਹ ਘਰ ਇਵੇਂ ਲੱਗ ਰਿਹਾ ਸੀ ਜਿਵੇਂ ਦੁਨੀਆ ਤੋਂ ਬਾਹਰ ਕਰ ਦਿੱਤਾ ਹੋਵੇ। ਗੇਟ ਖੜਕਾਇਆ ਤਾਂ ਇੱਕ ਸਰਦਾਰ ਬੰਦੇ ਨੇ ਖੋਲ੍ਹਿਆ, ਜਿਸ ਦੇ ਸਿਰ ਦੇ ਉੱਪਰ ਨਾਭੀ ਰੰਗ ਦੀ ਪੁਰਾਣੀ ਪੱਗ ਹੈ ਅਤੇ ਸਰੀਰ ਦੇ ਉੱਪਰ ਫਟਿਆ ਹੋਇਆ ਕੋਟ ਪੈਂਟ। ਲਗਾਤਾਰ ਬੋਲਣ ਵਾਲਾ ਇਹ ਸਰਦਾਰ ਬੰਦਾ ਗੇਟ ਖੋਲ੍ਹ ਕੇ ਆਪ ਘਰ ਦੇ ਅੰਦਰ ਚਲਿਆ ਗਿਆ, ਉਹ ਵੀ ਮੂੰਹ ਦੇ ਵਿੱਚ ਕੁਝ ਬੋਲਦਾ ਹੋਇਆ। ਘਰ ਦਾ ਬੇੜਾ ਭੰਗ ਦੀ ਹਰਿਆਲੀ ਦੇ ਨਾਲ ਹਰਾ ਹੋਇਆ ਪਿਆ ਸੀ। ਕੌਣ ਹੈ ਨਾਭੀ ਰੰਗ ਦੀ ਪੱਗ ਵਾਲਾ ਬੰਦਾ? ਅਸਲ ਦੇ ਵਿੱਚ ਇਹ ਦਿਮਾਗੀ ਪਰੇਸ਼ਾਨ ਬੰਦਾ, ਜਿਸ ਦਾ ਨਾਮ ਚਰਨਦਾਸ ਹੈ, ਪਿੰਡ ਘੁਲਾਲਾ ਦਾ ਹੀ ਇੱਕ ਨਿਵਾਸੀ ਹੈ। ਸਰੀਰ ਦੇ ਉੱਤੇ ਇੱਕ ਪੁਰਾਣਾ ਜਿਹਾ ਕੋਟ ਪੈਂਟ, ਸਿਰ ਦੇ ਉੱਤੇ ਨਾਭੀ ਰੰਗ ਦੀ ਪੱਗ ਅਤੇ ਮੂੰਹ ਦੇ ਉੱਤੇ ਹਲਕੀ ਚਿੱਟੀ ਦਾੜੀ, ਇਹ ਹੈ ਮਾਸਟਰ ਚਰਨਦਾਸ। ਮਾਸਟਰ ਸੁਣ ਕੇ ਜਾਂ ਫਿਰ ਇਸ ਦਾ ਪਹਿਰਾਵਾ ਦੇਖ ਕੇ ਹੈਰਾਨ ਨਾ ਹੋਵੋ। ਆਪਣੀ ਹੈਰਾਨੀ ਉਸ ਸਮੇਂ ਲਈ ਬਚਾ ਕੇ ਰੱਖੋ ਜਦੋਂ ਤੁਹਾਨੂੰ ਇਸ ਦੇ ਜੀਵਨ ਦਾ ਕੌੜਾ ਸੱਚ ਦੱਸਿਆ ਜਾਵੇਗਾ। ਮਾਸਟਰ ਚਰਨਦਾਸ ਪਿੰਡ ਦੇ ਹੀ ਇੱਕ ਪੰਡਿਤ ਪਰਿਵਾਰ ਦਾ ਲੜਕਾ, ਜਿਸ ਪਰਿਵਾਰ ਦੀ ਕਦੀ ਪਿੰਡ ਦੇ ਵਿੱਚ ਠਾਠ ਬਾਠ ਹੁੰਦੀ ਸੀ। ਉਹਨਾਂ ਦੇ ਪਿਤਾ ਵੈਦ ਸਨ ਅਤੇ ਪੰਡਿਤਗਿਰੀ ਵੀ ਕਰਦੇ ਸੀ, ਮਤਲਬ ਕਿ ਪੱਤਰੀ ਟੇਵਾ ਦੇਖਦੇ ਸਨ। ਉਹਨਾਂ ਦਾ ਲੜਕਾ ਚਰਨਦਾਸ, ਜੋ ਕਿ ਭਲੇ ਸਮਿਆਂ ਦੇ ਵਿੱਚ ਗ੍ਰੈਜੂਏਸ਼ਨ ਕਰਕੇ ਇੱਕ ਸਰਕਾਰੀ ਸਕੂਲ ਦੇ ਵਿੱਚ ਕਲਰਕ ਦੀ ਨੌਕਰੀ ਤੇ ਉੱਤੇ ਲੱਗਿਆ ਹੋਇਆ ਸੀ। ਇਹ ਉਹੀ ਚਰਨਦਾਸ ਹੈ ਜੋ ਅੱਜ ਕੱਲ੍ਹ ਦਿਮਾਗੀ ਪਰੇਸ਼ਾਨ, ਭੰਗ ਦੇ ਨਾਲ ਭਰੇ ਹੋਏ ਘਰ ਦੇ ਵਿੱਚ ਰਹਿ ਰਿਹਾ ਹੈ, ਜੋ ਕਿਸੇ ਸਰਕਾਰੀ ਸਕੂਲ ਦਾ ਇੱਕ ਕਲਰਕ ਸੀ ਅਤੇ ਪੈਨਸ਼ਨ ਦੇ ਉੱਤੇ ਰਿਟਾਇਰ ਵੀ ਹੋਇਆ ਸੀ। ਇਸ ਸਮੇਂ ਘਰ ਦੇ ਨਾਮ ਉੱਪਰ ਇੱਕ ਕਮਰਾ ਹੈ ਜੋ ਕਿ ਸਮਾਨ ਤੇ ਕਿਤਾਬਾਂ ਦੇ ਨਾਲ ਭਰਿਆ ਪਿਆ ਹੈ ਅਤੇ ਉਸ ਦੀ ਛੱਤ ਮੀਂਹ ਦੇ ਦਿਨਾਂ ਦੇ ਵਿੱਚ ਸਭ ਪਾਸਿਓਂ ਚੋਂਦੀ ਹੈ। ਪੱਖੇ ਦੇ ਨਾਮ ਦੇ ਉੱਤੇ ਇੱਕ ਛੋਟੀ ਜਿਹੀ ਮਸ਼ੀਨ ਛੱਤ ਦੇ ਨਾਲ ਲਟਕ ਰਹੀ ਹੈ, ਜੋ ਸ਼ਾਇਦ ਚੱਲਦੀ ਵੀ ਨਹੀਂ। ਨਾ ਹੀ ਘਰ ਦੇ ਵਿੱਚ ਬਿਜਲੀ ਦਾ ਕਨੈਕਸ਼ਨ ਹੈ ਤੇ ਨਾ ਹੀ ਪਾਣੀ ਦਾ ਵਿਵਸਥਾ। ਘਰ ਦਾ ਵਾਸ਼ਰੂਮ ਤਾਂ ਉਸੇ ਭੰਗ ਦੇ ਵਿੱਚ ਹੀ ਕਿਤੇ ਗਾਇਬ ਹੋ ਚੁੱਕਿਆ ਹੈ। ਫਿਰ ਕੀ ਹੋਇਆ ਚਰਨਦਾਸ ਦੇ ਨਾਲ ਅਜਿਹਾ ਕਿ ਉਸਦੇ ਅਜਿਹੇ ਹਾਲਾਤ ਬਣ ਗਏ? ਤੁਸੀਂ ਸੁਣੋਗੇ ਤਾਂ ਇੱਕ ਵਾਰ ਜ਼ਰੂਰ ਧੱਕਾ ਖਾਓਗੇ। ਪਿੰਡ ਵਾਲਿਆਂ ਦੇ ਮੁਤਾਬਕ ਚਰਨਦਾਸ ਇੱਕ ਤਕੜੇ ਸਰੀਰ ਦਾ ਬੰਦਾ ਦੁਬਈ ਜਾਣ ਦੇ ਲਈ ਪਿੰਡੋਂ ਨਿਕਲਿਆ ਸੀ ਅਤੇ ਮੁੰਬਈ ਤੋਂ ਉਸਦੀ ਫਲਾਈਟ ਸੀ। ਚਰਨਦਾਸ ਘਰੋਂ ਤਿਆਰ ਹੋ ਕੇ ਸੋਨੇ ਦੀਆਂ ਚੈਨਾਂ ਸ਼ਾਂਪਾ ਛੱਲੇ ਪਾ ਕੇ ਦੁਬਈ ਦੇ ਲਈ ਨਿਕਲਿਆ ਅਤੇ ਜਦੋਂ ਮੁੰਬਈ ਦੀਆਂ ਸੜਕਾਂ ਦੇ ਉੱਤੇ ਘੁੰਮ ਰਿਹਾ ਸੀ ਤਾਂ ਇੱਕ ਆਟੋ ਦੇ ਵਿੱਚ ਬੈਠਣ ਦੇ ਨਾਲ ਉਸਦੀ ਸਾਰੀ ਜ਼ਿੰਦਗੀ ਹੀ ਤਬਾਹ ਹੋ ਗਈ। ਚਰਨਦਾਸ ਨੇ ਆਟੋ ਲਿਆ ਪਰ ਮੁੰਬਈ ਸ਼ਹਿਰ ਦੇ ਵਿੱਚ ਉਸਦੀ ਲੁੱਟ ਹੋ ਗਈ ਅਤੇ ਦੱਸਣ ਵਾਲੇ ਦੱਸਦੇ ਨੇ ਕਿ ਲੁੱਟਣ ਵਾਲੇ ਉਸਦੇ ਕੱਪੜੇ ਤੱਕ ਉਤਾਰ ਕੇ ਲੈ ਗਏ ਸੀ ਅਤੇ ਮੁੰਬਈ ਦੀਆਂ ਸੜਕਾਂ ਦੇ ਉੱਤੇ ਉਸਨੂੰ ਨੰਗਾ ਹੀ ਛੱਡ ਦਿੱਤਾ। ਉਸ ਸਮੇਂ ਚਰਨਦਾਸ ਦੇ ਦਿਮਾਗ ਦੇ ਉੱਤੇ ਜ਼ੋਰ ਪਿਆ ਤੇ ਉਹ ਉੱਥੇ ਹੀ ਸਟੇਸ਼ਨ ਬੱਸ ਸਟੈਂਡ ਦੇ ਉੱਤੇ ਪਾਗਲਾਂ ਦੇ ਵਾਂਗ ਘੁੰਮਦਾ ਰਿਹਾ। ਨਾ ਤਾਂ ਦੁਬਈ ਪਹੁੰਚ ਸਕਿਆ ਤੇ ਨਾ ਹੀ ਵਾਪਸ ਆਪਣੇ ਪਿੰਡ ਘੁਲਾਲਾ। ਪਿੱਛੇ ਪਰਿਵਾਰ ਉਡੀਕ ਕਰਦਾ ਰਿਹਾ ਪਰ ਲੱਭਣ ਕਿੱਥੇ ਜਾਏ। ਮੁੰਬਈ ਦੀਆਂ ਸੜਕਾਂ ਉੱਪਰ ਘੁੰਮਦਿਆਂ ਘੁੰਮਦਿਆਂ ਸਰੀਰ ਦੇ ਉੱਤੇ ਕਿਲੋਆਂ ਦੇ ਹਿਸਾਬ ਦੇ ਨਾਲ ਮੈਲ ਜੰਮ ਗਈ ਤੇ ਰੂਪ ਰੰਗ ਵੀ ਬਦਲ ਗਿਆ, ਪਰ ਪਰਮਾਤਮਾ ਦੇ ਰੰਗਾਂ ਬਾਰੇ ਕੋਈ ਨਹੀਂ ਜਾਣਦਾ। ਸ਼ਾਇਦ ਚਰਨਦਾਸ ਨੂੰ ਪਿੰਡ ਆਪਣੇ ਵੱਲ ਖਿੱਚ ਰਿਹਾ ਸੀ। ਪਿੰਡ ਘੁਲਾਲਾ ਦਾ ਹੀ ਇੱਕ ਫੌਜੀ ਜਵਾਨ ਮੁੰਬਈ ਸਟੇਸ਼ਨ ਤੇ ਸੀ ਜਦੋਂ ਉਸਨੇ ਚਰਨਦਾਸ ਨੂੰ ਪਹਿਚਾਣ ਲਿਆ। ਪਿੰਡ ਇਨਫੋਰਮ ਕੀਤਾ ਗਿਆ ਤਾਂ ਪਿੰਡ ਦੇ ਕੁਝ ਲੋਕ ਇਕੱਠੇ ਹੋ ਕੇ ਉਸਨੂੰ ਵਾਪਸ ਲੈਣ ਵਾਸਤੇ ਆਏ, ਜਿਸ ਸਮੇਂ ਉਸਦੇ ਸਰੀਰ ਦੇ ਉੱਤੇ ਕਿਲੋਆਂ ਦੇ ਹਿਸਾਬ ਦੇ ਨਾਲ ਮੈਲ ਚੜੀ ਪਈ ਸੀ। ਜਦੋਂ ਉਸਨੂੰ ਪਿੰਡ ਲਿਆਂਦਾ ਗਿਆ ਉਦੋਂ ਤੱਕ ਤਾਂ ਉਸਦਾ ਦਿਮਾਗ ਕੁਝ ਠੀਕ ਸੀ, ਪਰ ਚਰਨਦਾਸ ਦਾ ਲੜਕਾ ਗੁਰਪ੍ਰੀਤ ਸਿੰਘ ਲਾਲਾ, ਜੋ ਕਿ ਇੱਕ ਫੈਕਟਰੀ ਦੇ ਵਿੱਚ ਨੌਕਰੀ ਕਰਦਾ ਸੀ, ਆਪਣੇ ਕੰਮ ਦੇ ਉੱਤੇ ਜਾਂਦਿਆਂ ਇੱਕ ਦਿਨ ਉਸਦਾ ਐਕਸੀਡੈਂਟ ਹੋ ਗਿਆ ਤੇ ਉਹ ਮਾਰਿਆ ਗਿਆ ਤੇ ਪਿੱਛੇ ਬਜ਼ੁਰਗ ਬਾਪ ਪਤਨੀ ਤੇ ਬੱਚੇ ਛੱਡ ਗਿਆ। ਆਪਣੇ ਲੜਕੀ ਦੀ ਮੌਤ ਤੋਂ ਬਾਅਦ ਹੀ ਚਰਨਦਾਸ ਦੀ ਦਿਮਾਗੀ ਹਾਲਤ ਹੋਰ ਵੀ ਖਰਾਬ ਹੋ ਗਈ। ਉਹਨਾਂ ਦੀ ਨੂੰਹ ਜਾਂ ਤਾਂ ਆਪਣੇ ਬੱਚੇ ਸਾਂਭਦੀ ਜਾਂ ਫਿਰ ਆਪਣੇ ਦਿਮਾਗੀ ਪਰੇਸ਼ਾਨ ਸਹੁਰੇ ਨੂੰ। ਉਹ ਆਪਣੇ ਬੱਚੇ ਲੈ ਕੇ ਆਪਣੇ ਪੇਕੇ ਘਰ ਚਲੀ ਗਈ। ਕਿਸੇ ਸਮੇਂ ਦਾ ਸਰਕਾਰੀ ਕਲਰਕ ਸੜਕਾਂ ਉੱਤੇ ਘੁੰਮਦਾ ਕਈ ਕਈ ਕਿਲੋਮੀਟਰ ਦਾ ਫਾਸਲਾ ਤੈਅ ਕਰ ਲੈਂਦਾ ਹੈ ਤੇ ਲੋਕਾਂ ਦੇ ਘਰਾਂ ਵਿੱਚੋਂ ਦੋ ਵਕਤ ਦੀ ਰੋਟੀ ਲੈ ਕੇ ਖਾਂਦਾ ਹੈ ਜਾਂ ਫਿਰ ਤੁਰਿਆ ਜਾਂਦਾ ਕਿਸੇ ਦੁਕਾਨ ਦੇ ਉੱਤੋਂ ਬ੍ਰੈਡ ਵੀ ਚੁੱਕ ਲੈਂਦਾ ਹੈ। ਹੁਣ ਤਾਂ ਦੁਕਾਨਦਾਰ ਵੀ ਖੁਦ ਉਸਨੂੰ ਸਮਾਨ ਦੇ ਦਿੰਦੇ ਨੇ ਕਿ ਜੋ ਵੀ ਲੈਣਾ ਹੈ ਆਪਣੇ ਆਪ ਹੀ ਲੈ ਲੈ। ਕਿਤਾਬਾਂ ਦੇ ਨਾਲ ਭਰਿਆ ਹੋਇਆ ਕਮਰਾ, ਜਿਸ ਦੇ ਵਿੱਚ ਧਾਰਮਿਕ ਤੇ ਬਾਣੀ ਦੇ ਗੁਟਕੇ ਵੀ ਪਏ ਹੋਏ ਸਨ, ਜਿਸ ਦੇ ਵਿੱਚ ਕਈ ਧਾਰਮਿਕ ਪੁਸਤਕਾਂ ਵੀ ਪਈਆਂ ਹੋਈਆਂ ਸਨ, ਅਜਿਹੀ ਹਾਲਤ ਦੇ ਵਿੱਚ ਉਸਨੂੰ ਕੌਣ ਸਾਂਭੇ? ਕੁਝ ਪੈਸੇ ਦੇ ਦਿਓ ਤਾਂ ਘਰ ਦੇ ਅੰਦਰ ਆਉਣ ਦਿੰਦਾ ਹੈ। ਇਸੇ ਦੇ ਚੱਲਦਿਆਂ ਭਾਈ ਗੁਰਪ੍ਰੀਤ ਸਿੰਘ ਮਨੁੱਖਤਾ ਦੀ ਸੇਵਾ ਹਸਨਪੁਰ ਲੁਧਿਆਣੇ ਵਾਲਿਆਂ ਨੇ ਇਹ ਸੇਵਾ ਆਪਣੇ ਹੱਥਾਂ ਦੇ ਵਿੱਚ ਲਈ ਹੈ। ਸੋ ਚਰਨਦਾਸ ਦੇ ਘਰ ਗੁਰਪ੍ਰੀਤ ਸਿੰਘ ਗਏ, ਜ਼ਰੂਰੀ ਕਿਤਾਬਾਂ ਧਾਰਮਿਕ ਗੁਟਕੇ ਚਰਨਦਾਸ ਦੇ ਸਰਟੀਫਿਕੇਟ ਨਾਲ ਲੈ ਕੇ ਉਸਨੂੰ ਮਨੁੱਖਤਾ ਦੀ ਸੇਵਾ ਦੇ ਘਰ ਦੇ ਵਿੱਚ ਲੈ ਆਏ। ਪਤਾ ਨਹੀਂ ਕਿੰਨੇ ਕੁ ਸਮੇਂ ਦੇ ਬਾਅਦ ਉਸਨੂੰ ਇਸ਼ਨਾਨ ਕਰਵਾਇਆ ਗਿਆ ਸੀ। ਹੁਣ ਜਿਹੜਾ ਇੱਥੇ ਸਾਡੇ ਨੌਜਵਾਨ ਸਿੱਖਾਂ ਦੇ ਬੱਚੇ ਇੱਕ ਸਿੱਖਿਆ ਲੈ ਲੈਣ। ਉਹ ਚਰਨਦਾਸ ਜੋ ਕਿ ਪੰਡਿਤ ਪਰਿਵਾਰ ਦਾ ਮੁੰਡਾ ਸੀ
हमेशा हर रोज़ अपना सिर वाह के सिर दे उत्ते जरूर पग बांधा सी, चाहे उसकी पग मैली ही सी पर हर रोज़ दस्तार सजाउंदा सी। जदों गुरप्रीत सिंह ने उसकी दस्तार खोल के देखी तो उसका सिर साफ सी, चाहे शरीर के उत्ते मैल जमी पई सी। साडे नौजवानों नूं कुछ इत्थों सबक लैना चाहीदा है। हुण उसकी सेवा संभाल अते इलाज का जुम्मा मनुखता की सेवा दे कोल है। तुहाडा इस सब घटना के बारे की विचार है, सानू कमेंट बॉक्स के विच जरूर लिखना।